ਤੁਸੀਂ ਦੇਖ ਰਹੇ ਹੋ ਤਹਿਲਕਾ ਪੰਜਾਬ। ਮੈਂ ਹਾਂ ਵਿਜੇ ਪਾਲ ਸਿੰਘ ਤੇਜੀ। ਤਹਿਲਕਾ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ। ਬਸਪਾ ਅਕਾਲੀ ਗੱਠਜੋੜ ਫਗਵਾੜਾ ਵਿਧਾਨ ਸਭਾ ਹਲਕੇ ਤੋਂ ਸਾਂਝੇ ਉਮੀਦਵਾਰ ਸਰਦਾਰ ਜਸਵੀਰ ਸਿੰਘ ਗੜੀ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਕਿ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਸ਼ੇਰਗਿੱਲ ਨੇ ਮੁੜ ਬਸਪਾ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਅਤੇ ਸ਼ੇਰਗਿੱਲ ਦਾ ਬਸਪਾ ਦੇ ਵਿੱਚ ਸ਼ਾਮਲ ਹੋਣ 'ਤੇ ਜਸਵੀਰ ਸਿੰਘ ਗੜੀ ਜੋ ਕਿ ਪਾਰਟੀ ਸੂਬਾ ਪ੍ਰਧਾਨ ਵੀ ਹਨ ਉਹਨਾਂ ਨੇ ਮਾਸਟਰ ਭਜਨ ਸਿੰਘ ਬਰਾਲੋ ਸੂਬਾ ਸਕੱਤਰ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਸਰਵਣ ਸਿੰਘ ਕਲਾਲ ਸਾਬਕਾ ਡਿਪਟੀ ਮੇਅਰ ਰਣਜੀਤ ਸਿੰਘ ਖਰਾਨਾ ਅਤੇ ਸਾਬਕਾ ਕੌਂਸਲਰ ਗੇਜੂ ਵਾਲਿਆ ਦੀ ਹਾਜ਼ਰੀ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਬਸਪਾ ਅਕਾਲੀ ਦਲ ਵੱਲੋਂ ਉਹਨਾਂ ਨੂੰ ਸਰੋਪਿਆ ਪਾ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਸ਼ੇਰਗਿੱਲ ਨੂੰ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਕਪੂਰਥਲਾ ਦਾ ਇੰਚਾਰਜ ਵੀ ਥਾਪਿਆ ਗਿਆ। ਜਸਵੀਰ ਸਿੰਘ ਗੜੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਫਗਵਾੜਾ ਦੇ ਵੋਟਰਾਂ ਵੱਲੋਂ ਉਹਨਾਂ ਨੂੰ ਵਿਧਾਨ ਸਭਾ ਵਜੋਂ ਸੇਵਾ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਸਰਪ੍ਰਸਤੀ ਹੇਠ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦੇ ਖਾਤਮੇ ਤੋਂ ਇਲਾਵਾ ਵਿਕਾਸ ਨੂੰ ਵੀ ਨਵੀਂ ਦਿਸ਼ਾ ਦੇਣ ਦੇ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਸ਼ਹਿਰ ਦੇ ਵਿੱਚ ਸਾਫ਼ ਸੁਥਰੀਆਂ ਪਾਰਕਾਂ ਅਤੇ ਵਧੀਆ ਸਿਹਤ ਸਹੂਲਤਾਂ ਉਹ ਮੁਹੱਈਆ ਕਰਾਉਣ ਦੀ ਗੱਲ ਵੀ ਕਹੀ। ਇਸ ਮੌਕੇ ਇੰਜੀਨੀਅਰ ਪ੍ਰਦੀਪ ਮੱਲ, ਪਰਮਿੰਦਰ ਬੋਧ ਭੁਲਾਰਾਈ ਦਿਹਾਤੀ ਪ੍ਰਧਾਨ, ਬਲਵਿੰਦਰ ਬੋਧ ਸ਼ਹਿਰੀ ਪ੍ਰਧਾਨ ਬਸਪਾ, ਸੁਰਿੰਦਰ ਟੰਡਾ, ਅਮਰਜੀਤ, ਮਨੀਸ਼ ਮਹਿਮੀ, ਸੁਰਿੰਦਰ ਵਾਲੀਆ, ਸੋਨੂੰ ਗੋਬਿੰਦਪੁਰ, ਅਸ਼ੋਕ ਰਾਮਪੁਰੀ, ਤੇਜਪਾਲ ਬਸਰਾ, ਸੁਰਿੰਦਰ ਪਭਿਆਣਾ, ਨਰੇਸ਼ ਕੈਲੇ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਬਸਪਾ ਅਤੇ ਅਕਾਲੀ ਵਰਕਰ ਹਾਜ਼ਰ ਸਨ। ਵੀਰੋ ਰਿਪੋਰਟ, ਤਹਿਲਕਾ ਪੰਜਾਬ। ਮੇਰੇ ਸਾਥੀ, ਮੇਰੇ ਭਰਾ, ਅੱਜ ਤੁਸੀਂ ਅੱਜ ਕਿਉਂਕਿ ਮੈਂ ਖੁਦ ਮੈਂ ਯਾਦ ਕੀਤਾ ਸਾਰਿਆਂ ਨੂੰ, ਮਾਨਯੋਗ ਮੱਲ ਜੀ ਔਰ ਖੁਰਾਣਾ ਜੀ ਨੇ ਤੁਹਾਨੂੰ ਬਕਾਇਦਾ ਸਾਰਿਆਂ ਨੂੰ ਮੈਸੇਜ ਲਗਾਏ, ਉਹ ਮੇਰੀ ਬੇਨਤੀ 'ਤੇ ਹੀ ਲਗਾਏ ਸੀ। ਤੁਹਾਡਾ ਸਾਰਿਆਂ ਦਾ ਇੱਥੇ ਪਹੁੰਚਣ 'ਤੇ ਮੈਂ ਸ਼ੁਕਰੀਆ ਅਦਾ ਕਰਦਾ ਔਰ ਤੁਹਾਡਾ ਧੰਨਵਾਦ ਕਰਦਾ, ਤੁਹਾਡਾ ਸਵਾਗਤ ਕਰਦਾ। ਔਰ ਮੈਂ ਬੜੀ ਫਰਾਖ ਦਿਲੀ ਨਾਲ ਇਸ ਗੱਲ ਦੀ ਮੈਂ ਕਮੀ ਜਿਹੜੀ ਪਿਛਲੇ ਲੰਬੇ ਸਮੇਂ ਤੋਂ ਆਪਣਾ ਤਾਲਮੇਲ ਕੋਈ ਅੱਛੇ ਤਰੀਕੇ ਨਾਲ ਸਾਰੇ ਸਾਥੀਆਂ ਨਾਲ ਨਹੀਂ ਮੈਂ ਬਣਾ ਸਕਿਆ, ਉਸ ਕਮੀ ਨੂੰ ਵੀ ਮੈਂ ਮਹਿਸੂਸ ਕਰਦਾ ਹੋਇਆ ਇਸ ਗੱਲ ਦਾ ਭਰੋਸਾ ਪ੍ਰਗਟਾਉਣਾ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਵੀ ਕੋਈ ਕਮੀਆਂ ਪੇਸ਼ੀਆਂ ਰਹੀਆਂ ਆ ਉਹਨਾਂ ਨੂੰ ਆਪਾਂ ਤਹਿ ਦਿਲ ਤੋਂ ਦੂਰ ਕਰਾਂਗੇ। ਅੱਜ ਦੇ ਦਿਨ ਮਾਨਯੋਗ ਕਿਸਾਨ ਆਗੂ ਸਰਦਾਰ ਸੁਖਵਿੰਦਰ ਸਿੰਘ ਜੀ ਸ਼ੇਰਗਿੱਲ ਸਾਹਿਬ, ਜਿਨ੍ਹਾਂ ਨੇ ਪਾਰਟੀ ਨੂੰ ਮੁੱਢ ਤੋਂ ਹੀ ਬੜੀ ਵੱਡੀ ਸੇਵਾ ਕੀਤੀ ਆ, ਔਰ ਅੱਜ ਔਰ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਅੰਦੋਲਨ ਦੇ ਨਾਲ ਤਿੰਨ ਖੇਤੀ ਵਿਰੋਧੀ ਜਿਹੜੇ ਕਾਨੂੰਨ ਕਿਸਾਨ ਵਿਰੋਧੀ ਆਏ ਸੀ, ਉਸ ਮੋਰਚੇ ਦੇ ਉੱਤੇ ਮਾਨਯੋਗ ਸ਼ੇਰਗਿੱਲ ਸਾਹਿਬ ਨੇ ਵੱਡੀ ਉਹਨਾਂ ਨੇ ਲੜਾਈ ਲੜੀ ਔਰ ਜਿੱਤੀ। ਅੱਜ ਉਹਨਾਂ ਨੂੰ ਉਸ ਲੜਾਈ ਜਿੱਤਣ 'ਤੇ ਵੀ ਆਪਾਂ ਸਨਮਾਨ ਕੀਤਾ ਆ, ਔਰ ਪਾਰਟੀ ਲੜਾਈ ਲੜ ਰਹੀ ਆ ਔਰ ਮਾਨਯੋਗ ਸ਼ੇਰਗਿੱਲ ਸਾਹਿਬ ਨੇ ਬੜੇ ਲੰਬੇ ਸਮੇਂ ਦੇ ਵਿੱਚੋਂ ਪਾਰਟੀ ਵਿੱਚ ਕੰਮ ਰਹਿੰਦੇ ਹੋਏ ਕੰਮ ਕੀਤਾ ਔਰ ਹਮੇਸ਼ਾ ਹੀ ਬਹੁਜਨ ਸਮਾਜ ਪਾਰਟੀ ਨੂੰ ਜਿਤਾਉਣ ਦੀ ਇਹਨਾਂ ਨੇ ਆਪਣਾ ਜੀਵਨ ਲਗਾਇਆ। ਅੱਜ ਮਾਨਯੋਗ ਸ਼ੇਰਗਿੱਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਅੱਜ ਉਹ ਸਮਾਂ ਆ ਚੁੱਕਾ ਆ ਜਿਸ ਉਦੇਸ਼ ਨੂੰ ਲੈ ਕੇ ਤੁਸੀਂ ਕੰਮ ਕਰਦੇ ਰਹੇ ਆ, ਔਰ ਮੈਨੂੰ ਆਪਣੇ ਸਾਰੇ ਭਰਾਵਾਂ ਦੀ ਜ਼ਰੂਰਤ ਹੈ। ਵੱਡੇ ਵੱਡੇ ਯੋਧੇ ਬਲਕਾਰੀ ਜਦੋਂ ਚੱਲਦੀ ਜੰਗ ਦੇ ਵਿੱਚ ਉਹਨਾਂ ਦੇ ਭਰਾ ਨਾਲ ਨਾ ਖੜਨ ਤਾਂ ਵੱਡੇ ਵੱਡੇ ਯੋਧੇ ਬਲਕਾਰੀ ਜੰਗਾਂ ਹਾਰਦੇ ਰਹੇ ਆ, ਇਤਿਹਾਸ ਹੈ, ਆਪਾਂ ਇਹ ਸੁਣਦੇ ਰਹੇ ਹਾਂ। ਔਰ ਮੈਂ ਆਪਣੇ ਸਾਰੇ ਭਰਾਵਾਂ ਨੂੰ ਬੇਨਤੀ ਕਰ ਚੁੱਕਾ ਹਾਂ ਫਗਵਾੜੇ 'ਚ, ਔਰ ਖੁਸ਼ੀ ਦੀ ਗੱਲ ਹੈ ਕਿ ਉਹਨਾਂ ਨੇ ਸਾਰਿਆਂ ਨੇ ਮੇਰੀ ਸਿਰ ਦੀ ਪੱਗ ਦੇ ਉੱਤੇ ਦੋਨੋਂ ਹੀ ਹੱਥ ਆਸ਼ੀਰਵਾਦ ਦੇ ਰੱਖੇ ਆ, ਔਰ ਅੱਜ ਮੈਂ ਤੁਸੀਂ ਸਾਰਾ ਹੀ ਦੇਖ ਹੀ ਰਹੇ ਹਾਂ। ਕੁਛ ਸਾਥੀ ਜਿਹੜੇ ਲੱਗਦਾ ਸੀ ਕਿਸੇ ਨੂੰ ਆਮ ਹਵਾ ਸੀ ਵੀ ਸ਼ਾਇਦ ਕੋਈ ਦੂਰ ਹੋਣਗੇ, ਅੱਜ ਮੈਂ ਨਾਲ ਬਿਠਾ ਕੇ ਮੀਡੀਆ ਦੇ ਵਿੱਚ ਉਹਨਾਂ ਭਰਾਵਾਂ ਦਾ ਵੀ ਮੈਂ ਆਸ਼ੀਰਵਾਦ ਲੈ ਰਿਹਾ, ਔਰ ਅੱਜ ਮੇਰੇ ਨਾਲ ਸਾਰਾ ਹੀ ਫਗਵਾੜੇ ਦੇ ਜਿਹੜੇ ਲੋਕ ਹੈ ਉਹ ਖੜ੍ਹੇ ਆ। ਇਹਨਾਂ ਨੂੰ ਅੱਜ ਮੈਂ ਪਾਰਟੀ ਦੇ ਵਿੱਚ ਕਿਉਂਕਿ ਨਵਾਂ ਕੰਮ ਅੱਜ ਇਹਨਾਂ ਨੂੰ ਮਿਲਣ ਜਾ ਰਿਹਾ, ਔਰ ਇਹਨਾਂ ਨੂੰ ਮੈਂ ਜ਼ਿਲ੍ਹੇ ਦਾ ਜਿਹੜਾ ਇੰਚਾਰਜ ਵੀ ਮੈਂ ਨਿਯੁਕਤ ਕਰਦਾ। ਬਹੁਜਨ ਸਮਾਜ ਪਾਰਟੀ ਜਿੰਦਾਬਾਦ, 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 ਬਸਪਾ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਜਿੰਦਾਬਾਦ, ਜਿੰਦਾਬਾਦ, ਜਿੰਦਾਬਾਦ। ਅੱਜ ਇਹ ਜ਼ਿਲ੍ਹਾ ਕਪੂਰਥਲਾ ਦੇ ਇੰਚਾਰਜ ਹੋਣਗੇ ਔਰ ਜੰਗ ਜਿਤਾਉਣ ਤੋਂ ਬਾਅਦ ਇਹ ਫਗਵਾੜੇ ਜ਼ਿਲ੍ਹੇ ਦੇ ਇੰਚਾਰਜ ਹੋਣਗੇ, ਕਿਉਂਕਿ ਅਸੀਂ ਜਿਸ ਮੁੱਦੇ ਦੇ ਉੱਤੇ ਲੈ ਕੇ ਲੜਾਈ ਲੜਨੀ ਸ਼ੁਰੂ ਕੀਤੀ ਆ। ਜਦੋਂ ਮੈਂ ਫਗਵਾੜੇ ਆਇਆ ਤਾਂ ਇੱਥੇ ਕਾਫੀ ਮੈਂ ਪ੍ਰਸ਼ਾਸਨਿਕ ਟਾਪੂ ਪੁਣਾ ਫਗਵਾੜੇ ਦਾ ਦੇਖਿਆ। ਟਾਪੂ ਤਾਂ ਸਮੁੰਦਰਾਂ 'ਚ ਹੁੰਦੇ ਆ ਜਿੱਥੇ ਰਹਿਣ ਸਹਿਣ ਜੀਵਨ ਬੜਾ ਔਖਾ ਹੁੰਦਾ ਆ, ਫਗਵਾੜੇ 'ਚ ਵੀ ਮੈਨੂੰ ਇਹ ਨਜ਼ਰ ਆਇਆ। ਛੋਟੇ ਛੋਟੇ ਕੰਮਾਂ ਨੂੰ ਕਰਾਉਣ ਲਈ ਕਪੂਰਥਲੇ ਜਾਣਾ ਪੈਂਦਾ, ਔਰ ਮੈਂ ਉਹਦਾ ਇੱਕ ਦਿਨ ਰੈਵੀਨਿਊ ਦਾ ਹਿਸਾਬ ਕਿਤਾਬ ਲਾਇਆ ਕਿ ਕਿਰਾਇਆ ਪਹਾੜਿਆਂ 'ਚ ਕਿੰਨਾ ਖਰਚ ਹੋ ਜਾਂਦਾ,
2 लाख के लगभग वोटा ने 1,90,000 के गेड़ च और 50 वोटा मगर एक परिवार हुंदा आ 40,000 वोटा ने फगवाड़े दे विच 40,000 घर ने फगवाड़े च और एक घर 2 महीनों बाद भी फगवाड़े गेड़ा मारे तो 1,000 रुपया खुल जाता और 7 छे गेड़े 6,000 6,000 नूं तुसीं 40,000 नाल गुणा करो तो 24 करोड़ रुपया सालाना किराया भाड़िया च और 5 साल का गुणा करो तो 125 करोड़ रुपया फगवाड़े के लोगों का किराया भाड़िया च। मैं इस गल का यह वादा करता हाँ। हालांकि ये काम पिछले पार्टियां जिहड़ियां जित्तियां और बड़े बड़े कैबिनेट रैंकों पर रहे ये काम तो उन्होंने करना चाहिए सगा पर वो कर नहीं पाए क्यों नहीं कर पाए क्योंकि ही जानते हैं। लेकिन मैं इस गल का भरोसा दवाना आने वाली सरकार के फगवाड़े को बड़ा सन्मान मिलना आ और कलम उत्थे कोले पई होनी है कलम चक के फगवाड़े को जिला बनाना पहला कम फगवाड़े को जिला बनाऊंगा करा।